ਨਮਸਕਾਰ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ। ਇਸ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਚੋਣਾਂ ਦਾ ਮਾਹੌਲ ਬਣਿਆ ਹੋਇਆ ਹੈ। ਅਜੇ ਫਿਲਹਾਲ ਜਲੰਧਰ ਵੈਸਟ ਦੇ ਵਿੱਚ ਚੋਣਾਂ ਹੋ ਰਹੀਆਂ, ਲੇਕਿਨ ਚਾਰ ਵਿਧਾਨ ਸਭਾਵਾਂ ਹੋਰ ਅਜਿਹੀਆਂ ਨੇ ਜਿੱਥੇ ਚੋਣਾਂ ਪੈਂਡਿੰਗ ਨੇ, ਜਿੱਥੇ ਜ਼ਿਮਨੀ ਚੋਣਾਂ ਹੋਣੀਆਂ ਨੇ। ਇਹਦੇ 'ਚ ਖਾਸ ਕਰਕੇ ਜ਼ਿਕਰ ਅਸੀਂ ਕਰਨ ਜਾ ਰਹੇ ਹਾਂ ਗਿੱਦੜਵਾਹਾ ਸੀਟ ਦਾ, ਕਿਉਂਕਿ ਗਿੱਦੜਵਾਹਾ ਸੀਟ 'ਤੇ ਜੋ 1992 ਯਾਨੀ ਜਦੋਂ ਬੇਅੰਤ ਸਿੰਘ ਦੀ ਸਰਕਾਰ ਹੁੰਦੀ ਸੀ ਔਰ ਅਕਾਲੀ ਦਲ ਦਾ ਉਸ ਵੇਲੇ ਜੋ ਹਾਲ ਸੀ, ਅੱਜ ਬਿਲਕੁਲ ਅਕਾਲੀ ਦਲ ਦਾ ਉਹੀ ਹਾਲ ਹੈ। ਅਕਾਲੀ ਦਲ ਬਿਲਕੁਲ ਹਾਸ਼ੀਏ 'ਤੇ ਆਇਆ ਹੋਇਆ ਅਤੇ ਉਸ ਵੇਲੇ ਵੀ ਜਦੋਂ 92 'ਚ ਬੇਅੰਤ ਸਿੰਘ ਮੁੱਖ ਮੰਤਰੀ ਹੁੰਦੇ ਸੀ, ਉਦੋਂ ਵੀ ਪ੍ਰਕਾਸ਼ ਸਿੰਘ ਬਾਦਲ ਹੁਣੀ ਜਦੋਂ ਜਹਿਦ ਕਰ ਰਹੇ ਸੀ ਅਕਾਲੀ ਦਲ ਦੇ ਨੂੰ ਉਭਾਰਨ ਦੀ, ਕਿਉਂਕਿ ਉਸ ਵੇਲੇ ਵੀ ਅਕਾਲੀ ਦਲ ਬਿਲਕੁਲ ਨਿਘਾਰ 'ਤੇ ਆ ਗਿਆ ਸੀ। ਹੁਣ ਫਿਰ ਇੱਕ ਵਾਰ ਗਿੱਦੜਵਾਹਾ ਦੇ ਵਿੱਚ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਹਾਲਾਂਕਿ ਜ਼ਿਮਨੀ ਚੋਣ ਦਾ ਹਜੇ ਐਲਾਨ ਨਹੀਂ ਹੋਇਆ, ਲੇਕਿਨ ਉੱਥੇ ਜ਼ਿਮਨੀ ਚੋਣ ਹੋਣੀ ਹੈ, ਕਿਉਂਕਿ ਰਾਜਾ ਵੜਿੰਗ ਜਿਹੜੇ ਉੱਥੋਂ ਸੀਗੇ, ਅਮਰਿੰਦਰ ਸਿੰਘ ਰਾਜਾ ਵੜਿੰਗ, ਉਹ MP ਚੁਣ ਕੇ, ਲੁਧਿਆਣਾ ਤੋਂ MP ਚੁਣ ਕੇ ਸੰਸਦ ਪਹੁੰਚ ਚੁੱਕੇ ਨੇ। ਸੀਟ ਵੇਲੀ ਹੋ ਚੁੱਕੀ ਹੈ, ਉੱਥੇ ਇਲੈਕਸ਼ਨ ਹੋਣੀ ਹੈ। ਤੁਹਾਨੂੰ ਦੱਸ ਦਈਏ ਕਿ 1992 ਦੇ ਵਿੱਚ ਜਦੋਂ ਬੇਅੰਤ ਸਿੰਘ ਦੀ ਸਰਕਾਰ ਹੁੰਦੀ ਸੀ, ਉਦੋਂ 1995 ਦੇ ਵਿੱਚ ਵੀ ਗਿੱਦੜਵਾਹਾ ਸੀਟ ਉਸ ਵੇਲੇ ਵਿਹਲੀ ਹੋਈ ਸੀਗੀ। ਗਿੱਦੜਵਾਹਾ ਸੀਟ 'ਤੇ ਉਸ ਵੇਲੇ ਕਾਂਗਰਸੀ ਵਿਧਾਇਕ ਸੀਗੇ ਰਘੁਵੀਰ ਸਿੰਘ, ਉਹਨਾਂ ਦੀ ਮੌਤ ਹੋ ਗਈ ਸੀ। ਉਸ ਵੇਲੇ ਉਹ ਸੀਟ ਵਿਹਲੀ ਹੋਈ ਸੀ ਤਾਂ ਅਕਾਲੀ ਦਲ ਉਸ ਵੇਲੇ ਇਸ ਜਦੋਜਹਿਦ 'ਚ ਸੀ ਕਿ ਉਹ ਕਿਵੇਂ ਸਰਵਾਈਵ ਕਰੇ। ਜਿਵੇਂ ਅੱਜ ਅਕਾਲੀ ਦਲ ਦੀ ਜੋ ਸਥਿਤੀ ਹੈ ਕਾਫੀ ਨਾਜ਼ੁਕ ਬਣੀ ਹੋਈ ਹੈ, ਕਿਉਂਕਿ ਇੱਕ ਬਾਗੀ ਧੜਾ ਜਿਹੜਾ ਹੈ ਉਹ ਕੱਲ੍ਹ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋ ਕੇ ਆਪਣੀ ਜਿਹੜੀਆਂ ਭੁੱਲਾਂ ਆ ਉਹ ਬਖਸ਼ਾਉਣ ਵਾਸਤੇ ਉੱਥੇ ਪਹੁੰਚਿਆ ਹੋਇਆ ਸੀਗਾ। ਯਾਨੀ ਵੱਡੇ ਆਗੂ ਜਿਹੜੇ ਹੈਗੇ ਆ ਉਹ ਉੱਧਰਲੇ ਪਾਸੇ ਵੀ ਨਹੀਂ ਅਤੇ ਇੱਧਰਲੇ ਪਾਸੇ ਵੀ ਨਹੀਂ, ਯਾਨੀ ਦੋ ਫਾੜ ਹੋ ਚੁੱਕਿਆ ਅਕਾਲੀ ਦਲ 'ਤੇ। 95 ਦੇ ਵਿੱਚ ਵੀ ਕੁਛ ਸਥਿਤੀ ਇਹੋ ਜਿਹੀ ਸੀਗੀ ਜਦੋਂ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ ਦੀ ਸਥਿਤੀ 'ਚ ਸੁਧਾਰ ਲਈ ਸੰਘਰਸ਼ ਕਰ ਰਹੇ ਸਨ। ਉਸ ਵੇਲੇ ਉਹਨਾਂ ਨੇ ਜਦੋਂ ਇਹ ਸੀਟ ਵਿਹਲੀ ਹੋਈ 95 'ਚ ਰਘਵੀਰ ਸਿੰਘ ਦੀ ਜਦੋਂ ਮੌਤ ਹੋਈ ਔਰ ਸੀਟ ਵਿਹਲੀ ਹੋਈ ਗਿੱਦੜਵਾਹਾ ਦੀ, ਉਸ ਵੇਲੇ ਉਹਨਾਂ ਨੇ ਆਪਣੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਨੂੰ ਉੱਥੋਂ ਚੋਣ ਮੈਦਾਨ 'ਚ ਉਤਾਰਿਆ। ਲੇਕਿਨ ਕਿਉਂਕਿ ਸਰਕਾਰ ਬੇਅੰਤ ਸਿੰਘ ਦੀ, ਕਾਂਗਰਸ ਦੀ ਸਰਕਾਰ ਸੀਗੀ, ਬੇਅੰਤ ਸਿੰਘ ਉਸ ਵੇਲੇ ਮਰਹੂਮ ਬੇਅੰਤ ਸਿੰਘ ਜਿਹੜੇ ਉਹ ਉਸ ਵੇਲੇ ਮੁੱਖ ਮੰਤਰੀ ਹੁੰਦੇ ਸੀ, ਅਤੇ ਉਹਨਾਂ ਨੇ ਪੂਰਾ ਜ਼ੋਰ ਇਸ ਸੀਟ 'ਤੇ ਲਾਤਾ ਸੀਗਾ। ਸਾਰੇ ਵਿਧਾਇਕ ਔਰ ਜਿੰਨੀ ਵੀ ਸਿਆਸੀ ਤਾਕਤ ਸੀਗੀ ਇਸ ਸੀਟ ਦੇ ਉੱਪਰ ਲਗਾਤੀ ਸੀ। ਇਸ ਦੇ ਬਾਵਜੂਦ CM ਰਹਿੰਦੇ ਹੋਇਆ ਵੀ ਬੇਅੰਤ ਸਿੰਘ ਇਸ ਸੀਟ ਨੂੰ ਜਿੱਤ ਨਹੀਂ ਸੀ ਸਕੇ। ਉਸ ਵੇਲੇ ਜਿਹੜਾ ਉਮੀਦਵਾਰ ਉਹਨਾਂ ਨੇ ਉਤਾਰਿਆ ਸੀ ਉਹ ਇਹ ਸੀਟ ਨਹੀਂ ਸੀ ਕੱਢ ਸਕਿਆ, ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀਗਾ, ਅਤੇ ਅਕਾਲੀ ਦਲ ਨੇ ਇਹ ਸੀਟ ਜਿੱਤੀ ਸੀ। ਉਸ ਵੇਲੇ ਮਨਪ੍ਰੀਤ ਸਿੰਘ ਬਾਦਲ ਸੀ, ਅਕਾਲੀ ਦਲ ਦੀ ਇਹ ਸੀਟ ਮੰਨੀ ਜਾਂਦੀ ਹੈ। ਮਨਪ੍ਰੀਤ ਸਿੰਘ ਬਾਦਲ ਇੱਥੋਂ ਜਿੱਤੇ ਸੀਗੇ ਗਿੱਦੜਵਾਹਾ ਤੋਂ, ਅਤੇ ਹੁਣ ਵੀ ਬਿਲਕੁਲ ਸਥਿਤੀ ਅਜਿਹੀ ਹੀ ਬਣੀ ਹੋਈ ਹੈ। ਅਕਾਲੀ ਦਲ ਦੀ ਸਥਿਤੀ ਜਿਹੜੀ ਹੈ ਉਹ ਕਾਫੀ ਨਿਘਾਰ 'ਤੇ ਗਈ ਹੋਈ ਹੈ। ਦੋ ਧੜੇ ਬਣ ਗਏ ਨੇ, ਦੋ ਧੜਿਆਂ ਦੇ ਵਿੱਚ, ਦੋਵੇਂ ਧੜਿਆਂ ਦੇ ਵਿੱਚ ਸੀਨੀਅਰ ਲੀਡਰ ਨੇ। ਇੱਕ ਪਾਸੇ ਸੁਖਬੀਰ ਸਿੰਘ ਬਾਦਲ ਲੀਡ ਕਰ ਰਹੇ, ਤਾਂ ਦੂਜੇ ਪਾਸੇ ਹੋਰ ਜਿਹੜੇ ਸੀਨੀਅਰ ਲੀਡਰ ਨੇ ਉਹ ਜਿਵੇਂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਔਰ ਸੁਰਜੀਤ ਰੱਖੜਾ ਨੇ, ਗੁਰਪ੍ਰੀਤ ਸਿੰਘ ਬਡਾਲਾ ਨੇ ਔਰ ਬੀਬੀ ਜਗੀਰ ਕੌਰ ਹੈ, ਇਹ ਦੂਜੇ ਧੜੇ ਦੇ ਵਿੱਚ ਨੇ। ਔਰ ਹੁਣ ਵੀ ਸਥਿਤੀ ਕੁਛ ਅਜਿਹੀ ਹੀ ਹੈ, ਔਰ ਗਿੱਦੜਵਾਹਾ ਸੀਟ ਤੋਂ ਕੀ ਅਕਾਲੀ ਦਲ ਫਿਰ ਤੋਂ ਸਰਵਾਈਵ ਕਰ ਪਾਏਗਾ। ਹਾਲਾਂਕਿ ਗਿੱਦੜਵਾਹਾ ਦੀ ਚੋਣ ਹਜੇ ਅਨਾਊਂਸ ਨਹੀਂ ਹੋਈ ਹੈ, ਹਜੇ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ, ਲੇਕਿਨ ਇਹ ਸਿਚੁਏਸ਼ਨ ਬਿਲਕੁਲ ਉਹੀ ਹੈ ਜਦੋਂ 1995 ਦੇ ਵਿੱਚ ਗਿੱਦੜਵਾਹਾ ਦੀ ਜ਼ਿਮਨੀ ਚੋਣ ਹੋਈ ਸੀ। ਉਦੋਂ ਅਕਾਲੀ ਦਲ ਨੇ ਵੱਡੇ ਮਾਰਜਨ ਨਾਲ ਇਹ ਚੋਣ ਜਿੱਤੀ ਸੀਗੀ। ਫਿਰ 97 ਦੇ ਵਿੱਚ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ,
ਅਤੇ ਅਕਾਲੀ ਦਲ ਨੇ 117 ਦੇ ਵਿੱਚੋਂ BJP ਦੇ ਨਾਲ ਰਲ ਕੇ 117 ਦੇ ਵਿੱਚੋਂ 93 ਸੀਟਾਂ ਜਿੱਤੀਆਂ ਸੀ। ਬਹੁਤ ਵੱਡੀ ਜਿੱਤ ਲੈ ਕੇ ਅਕਾਲੀ ਦਲ ਨੇ ਵਾਪਸੀ ਕੀਤੀ ਸੀਗੀ। ਲੇਕਿਨ ਇਸ ਵਾਰ ਅਜਿਹਾ ਹੋ ਰਿਹਾ ਕਿ ਨਹੀਂ, ਇਹ ਗਿੱਦੜਵਾਹਾ ਚੋਣ ਤੋਂ ਬਾਅਦ ਅੰਦਾਜ਼ਾ ਲੱਗੇਗਾ, ਕਿਉਂਕਿ ਗਿੱਦੜਵਾਹਾ ਦੀ ਸੀਟ ਜਿਹੜੀ ਹੈ ਉਹ ਬਾਦਲ ਦੀ, ਅਕਾਲੀ ਦਲ ਬਾਦਲ ਦੀ ਸੀਟ ਮੰਨੀ ਜਾਂਦੀ ਹੈ। ਇਸ ਖਬਰ ਨੂੰ ਦਿਖਾਉਣ ਦਾ ਸਾਡਾ ਇਹੋ ਮਕਸਦ ਹੈ ਕਿ ਜਿਹੜੀ ਸਿਚੁਏਸ਼ਨ 1995 'ਚ ਬਣੀ ਸੀ, ਸੇਮ ਉਹੀ ਸਥਿਤੀ ਇਸ ਵੇਲੇ ਬਣੀ ਹੋਈ ਹੈ। ਅਕਾਲੀ ਦਲ ਵੀ ਉਸੇ ਹੀ ਸਥਿਤੀ ਦੇ ਵਿੱਚ ਹੈ, ਨਿਘਾਰ ਵਾਲਾ ਹੈ, ਅਤੇ ਉਸ ਵੇਲੇ ਵੀ ਅਕਾਲੀ ਦਲ ਨਿਘਾਰ 'ਤੇ ਸੀ। ਉਸ ਵੇਲੇ ਵੀ ਜ਼ਿਮਨੀ ਚੋਣ ਸੀ ਗਿੱਦੜਵਾਹਾ ਦੇ ਵਿੱਚ, ਅਤੇ ਇਸ ਵੇਲੇ ਵੀ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਗਿੱਦੜਵਾਹਾ ਦੇ ਵਿੱਚ। ਕੀ ਗਿੱਦੜਵਾਹਾ ਇੱਕ ਵਾਰ ਫਿਰ ਤੋਂ ਅਕਾਲੀ ਦਲ ਨੂੰ ਨਵੀਂ ਜਾਨ, ਅਕਾਲੀ ਦਲ ਦੇ ਵਿੱਚ ਨਵੀਂ ਜਾਨ ਫੂਕ ਸਕੇਗੀ? ਇਹ ਇਸ ਕਰਕੇ ਗਿੱਦੜਵਾਹਾ ਸੀਟ ਇਸ ਵਾਰ ਕਾਫੀ ਇੰਪੋਰਟੈਂਟ ਔਰ ਅਹਿਮ ਮੰਨੀ ਜਾ ਰਹੀ ਹੈ ਅਕਾਲੀ ਦਲ ਵਾਸਤੇ। ਜੇ ਅਕਾਲੀ ਦਲ ਇਸ ਸੀਟ ਨੂੰ ਜਿੱਤਦਾ ਹੈ ਤਾਂ ਇਸ ਸੀਟ ਨੂੰ ਜਿੱਤਣ ਤੋਂ ਬਾਅਦ ਬਿਲਕੁਲ ਸਥਿਤੀ ਉਹੀ ਬਣ ਜਾਏਗੀ ਜੋ 1995 ਦੇ ਵਿੱਚ ਬਣੀ ਸੀ, ਜਦੋਂ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੂੰ ਸਰਵਾਈਵ ਕਰਾਉਣ ਵਾਸਤੇ ਜੱਦੋ ਜਹਿਦ ਕਰ ਰਹੇ ਸਨ। ਉਸ ਵੇਲੇ ਵੀ ਅਕਾਲੀ ਦਲ ਬਿਲਕੁਲ ਹਾਸ਼ੀਏ 'ਤੇ ਆ ਗਿਆ ਸੀ। ਬੇਅੰਤ ਸਿੰਘ ਨੇ, ਜਿਹੜੇ ਬੇਅੰਤ ਸਿੰਘ ਹੁੰਦੇ ਸੀ ਕਾਂਗਰਸੀ, ਬੜੇ ਦਿੱਗਜ ਲੀਡਰ ਹੁੰਦੇ ਸੀ, ਉਸ ਵੇਲੇ ਦੇ ਮੁੱਖ ਮੰਤਰੀ ਸੀ ਪੰਜਾਬ ਦੇ, ਔਰ ਉਹਨਾਂ ਨੇ ਅਕਾਲੀ ਦਲ ਨੂੰ ਬਿਲਕੁਲ ਹਾਸ਼ੀਏ 'ਤੇ ਲਿਆ ਦਿੱਤਾ ਸੀ। ਹਾਲਾਂਕਿ ਜਦੋਂ ਬੇਅੰਤ ਸਿੰਘ, ਜਿਹੜੀ 1992 ਦੀ ਚੋਣ ਹੋਈ ਹੈ, ਉਦੋਂ ਸ਼੍ਰੋਮਣੀ ਅਕਾਲੀ ਦਲ ਨੇ ਚੋਣਾਂ ਦਾ ਬਾਈਕਾਟ ਕੀਤਾ ਹੋਇਆ ਸੀ, ਕਿਉਂਕਿ ਪੰਜਾਬ ਦੇ ਵਿੱਚ ਹਾਲਾਤ ਉਦੋਂ ਠੀਕ ਨਹੀਂ ਸਨ। ਪੰਜਾਬ ਕਾਲੇ ਦੌਰ ਤੋਂ ਉੱਭਰ ਰਿਹਾ ਸੀਗਾ। ਉਸ ਵੇਲੇ ਅਕਾਲੀ ਦਲ ਨੇ ਵਿਰੋਧ ਵਜੋਂ ਜਿਹੜਾ 1992 ਵਿਧਾਨ ਸਭਾ ਚੋਣਾਂ ਜਿਹੜੀਆਂ ਹੋਈਆਂ ਸੀ ਉਹਦਾ ਬਾਈਕਾਟ ਕੀਤਾ ਸੀ। ਲੇਕਿਨ 1997 'ਚ ਜਦੋਂ ਉਹ ਅਕਾਲੀ ਦਲ ਨੇ ਚੋਣ ਲੜੀ BJP ਦੇ ਨਾਲ ਰਲ ਕੇ ਅਤੇ 93 ਸੀਟਾਂ ਜਿੱਤੀਆਂ, ਯਾਨੀ ਵੱਡੀ ਜਿੱਤ ਹਾਸਲ ਕਰਕੇ ਸਰਕਾਰ ਬਣਾਈ ਸੀ, ਹੁਣ ਬਿਲਕੁਲ ਸਿਚੁਏਸ਼ਨ ਉਹੀ ਬਣੀ ਹੋਈ ਹੈ। ਹੁਣ ਇਹ ਗਿੱਦੜਵਾਹਾਂ ਦੀਆਂ ਚੋਣਾਂ ਅਕਾਲੀ ਦਲ ਨੂੰ ਦੁਬਾਰਾ ਤਾਕਤ ਦੇ ਸਕਦੀਆਂ ਨੇ ਜਾਂ ਨਹੀਂ, ਇਹ ਇੱਕ ਵੱਡਾ ਸਵਾਲ ਹੈ। देश दुनिया की हर खबर सबसे पहले देखने के लिए फॉलो करें दैनिक सवेरा TV, YouTube, Facebook, Instagram, X और WhatsApp चैनल पर।